ਜਿਹੜੀ ਕੱਲ ਨੂੰ ਮੈਗਾ ਪੀਟੀਐਮ ਹੋ ਰਹੀ ਹੈ ਜੀ ਉਹਦੀਆਂ ਹੁਣ ਤਿਆਰੀਆਂ ਚੱਲ ਰਹੀਆਂ ਨੇ ਜੀ ਪੂਰੀਆਂ ਹੁਣ ਇਹਦੇ ਵਿੱਚ ਹੈ ਜੀ ਸਾਡੇ ਸਾਰੇ ਟੀਚਰਜ਼ ਨੇ ਜੇ ਕਲਾਸ ਇਚਾਰਜ ਨੇ ਉਹਨਾਂ ਨੇ ਸਾਰੇ ਬੱਚਿਆਂ ਦੀ ਰਿਪੋਰਟ ਕਾਰਡ ਤਿਆਰ ਕਰ ਲਏ ਨੇ ਰਿਪੋਰਟ ਕਾਰਡ ਦੇ ਵਿੱਚ ਜਿਹੜੇ ਬੱਚੇ ਜਿਸ ਲੈਵਲ ਦੇ ਨੇ 80% ਵਾਲੇ ਬੱਚੇ ਅਵਬ ਨੇ ਜਾਂ 40% ਤੋਂ ਬਲੋ ਨੇ ਜਾਂ ਮਿਰੋਕਰ ਨੇ ਉਹਨਾਂ ਦੀ ਸਾਰੀ ਸਾਰੀ ਟੀਚਰਾਂ ਨੇ ਰਿਪੋਰਟ ਤਿਆਰ ਕਰ ਲਈ ਹੈ ਨਾਲ ਉਹ ਜਿਹੜੇ ਹੁਣ ਆਣਗੇ ਬੱਚੇ ਆਣਗੇ ਨਾਲ ਉਹਨਾਂ ਦੇ ਮਾਪੇ ਆਣਗੇ ਕੋਈ ਟਾਈਮਿੰਗ ਉਹਨਾਂ ਵਾਸਤੇ ਰੱਖੀ ਗਈ ਹੈ ਜੀ ਟਾਈਮਿੰਗ ਅਸੀਂ ਕੰਪੀਅਰ ਨਹੀਂ ਆਪਣੇ ਟਾਈਮ ਦੀ ਹੁੰਦੀ ਹੈ ਜਿਹੜੀ ਪਾ ਹੋਣ ਗਿਆ ਜਾਂ ਕਿਤੇ ਨਾ ਕਿਤੇ ਜੋ ਸਹੀ ਹੈ ਉਹਨੂੰ ਗਲਤ ਵੀ ਕਿਹਾ ਜਾਵੇਗਾ ਜੋ ਸਹੀ ਹੈ ਉਹ ਹੀ ਕਿਹਾ ਜਾਵੇਗਾ ਬਾਕੀ ਥੋੜਾ ਬਹੁਤ ਗੱਚਨ ਪਿਆਰ ਨਾਲ ਵੀ ਕਿਹਾ ਜਾਏਗਾ ਵੀ ਇਦਾਂ ਦੀ ਕੋਈ ਗੱਲ ਨਹੀਂ ਜੋ ਸਹੀ ਹੈ ਉਹੀ ਕਿਹਾ ਜਾਵੇਗਾ ਇਨਾ ਜਿਹੜੇ ਸਰਕਾਰੀ ਸਕੂਲਾਂ ਦੇ ਪੇਰੈਂਟਸ ਨੂੰ ਇੱਦਾਂ ਹੁੰਦੀ ਜੀ ਅੱਛਾ ਸਾਡੇ ਬੱਚੇ ਦੀ ਪੀਟੀਐਮ ਹੋਏਗੀ ਅਸੀਂ ਜਾਵਾਂਗੇ ਸਾਨੂੰ ਕੁਝ ਪਤਾ ਲੱਗੇਗਾ ਇਹ ਸਭ ਤੋਂ ਵੱਡਾ ਅੰਤਰ ਹੈ ਦੇਖੋ ਪੰਜਾਬ ਸਰਕਾਰ ਨੇ 2 ਘੰਟੇ ਦੀ ਛੁੱਟੀ ਵੀ ਐਲਾਨ ਕਰ ਦਿੱਤੀ ਹੈ ਸਰਕਾਰੀ ਸਕੂਲਾਂ ਲਈ ਵੀ ਤੁਸੀਂ ਆਦੇ ਬੱਚੇ ਲਈ ਜਾਓ ਸਰਕਾਰੀ ਮੁਲਾਜ਼ਮਾਂ ਵਿੱਚ ਜਿਨ੍ਹਾਂ ਦੇ ਪੜਦੇ ਨਹੀਂ ਵੀ ਤੁਸੀਂ ਜਾਓ ਇਹ ਸਭ ਤੋਂ ਵੱਡਾ ਦੇਖੋ ਵੱਡਾ ਸੁਨੇਹਾ ਜਾ ਰਿਹਾ ਹੈ ਕਿ ਟੀਚਰ ਦੇ ਨਾਲ ਨਾਲ ਦੇਖੋ ਪੇਰੈਂਟਸ ਦਾ ਵੀ ਵਿੱਚ ਬਹੁਤ ਇਦੇ ਵਿੱਚ ਰੋਲ ਹੈ ਕੱਲਾ ਟੀਚਰ ਨੇ ਤਾਂ ਸਕੂਲ ਦੇ ਵਿੱਚ ਹੀ ਪੜਾਉਣਾ ਹੈ ਪੇਰੈਂਟਸ ਨੇ ਉਹਨੂੰ ਬੱਚੇ ਨੂੰ ਕਰੇ এনवायरमेंट ਵੀ ਦੇਣਾ ਹੈ ਉਹਨੂੰ ਸਹੂਲਤਾਂ ਵੀ ਪ੍ਰੋਵਾਈਡ ਕਰਨੀਆਂ ਨੇ ਇਹ ਉਹ ਟ੍ਰੈਂਡ ਨਹੀਂ ਰਿਹਾ ਵੀ ਪਹਿਲਾਂ ਸਰਕਾਰੀ ਸਕੂਲ ਸਰਕਾਰੀ đủਲੀਏ ਨਹੀਂ ਹੁਣ ਅੱਜ ਦੇ ਬੱਚੇ ਵੀ ਬੜੇ ਅਵੇਅਰ ਨੇ ਤੇ ਪੇਰੈਂਟਸ ਵੀ ਬੜੇ ਅਵੇਅਰ ਨੇ ਕਿਉਂਕਿ ਹੁਣ ਇਹਨਾਂ ਨੂੰ ਸਹੂਲਤਾਂ ਬਹੁਤ ਮਿਲ ਚੁੱਕੀਆਂ ਨੇ ਸਕੂਲਾਂ ਨੂੰ ਵਿੱਚ ਆਲੇ ਇੱਕ ਮਾਡਲ ਪੇਸ਼ ਕੀਤਾ ਗਿਆ ਇੱਕ ਬੂਟਾ ਲਗਾਇਆ ਗਿਆ ਤੇ ਉਸ ਤੋਂ ਬਾਅਦ ਉਹਦੇ ਵੱਖਰੇ ਵੱਖਰੇ ਪੱਤੇ ਬਣਾਏ ਗਏ ਨੇ ਤੇ ਉਹਨਾਂ ਪੱਤਿਆਂ ਤੇ ਵੱਖਰੇ ਵੱਖਰੇ ਸ਼ਬਦ ਨੇ ਬੱਚਿਆਂ ਨੂੰ ਸਮਝਾਉਣ ਦੇ ਵਾਸਤੇ। ਪ੍ਰੋਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਮਿਤ ਕੁਮਾਰ ਤਾਂ ਸੂਬੇ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਪੀਟੀਐਮ ਹੋਏਗੀ ਪੀਟੀਐਮ ਕੱਲ ਨੂੰ ਐ 24 ਤਰੀਕ ਨੂੰ ਐ ਤੇ ਇਹ ਗੱਲ ਲਾਜ਼ਮੀ ਕਰ ਦਿੱਤੀ ਗਈ ਹੈ ਕਿ ਮਾਪੇ ਆਪਣੇ ਬੱਚਿਆਂ ਦਾ ਰਿਪੋਰਟ ਕਾਰਡ ਜਰੂਰ ਵੇਖਣ ਪਹੁੰਚਣ ਅਕਸਰ ਕੀ ਹੁੰਦਾ ਸੀ ਅਕਸਰ ਜਦੋਂ ਅਸੀਂ ਵੀ ਪੜ੍ਹਦੇ ਸੀ ਤਾਂ ਉਦੋਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੀਟੀਐਮਜ਼ ਦਾ ਰਵਾਜ ਹੁੰਦਾ ਸੀ ਕਿ ਮਾਪਿਆਂ ਨੂੰ ਬੁਲਾਉਂਦੇ ਸੀ ਸਕੂਲ ਅਧਿਆਪਕ ਤੇ ਬਾਅਦ ਚੋਂ ਬੱਚਿਆਂ ਦੀ ਰਿਪੋਰਟ ਦੱਸਦੇ ਸੀ ਕਿ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਚੰਗਾ ਹੈ ਜਾਂ ਵਾਲੇ ਸਬਜੈਕਟਾਂ ਦੇ ਵਿੱਚੋਂ ਕਮਜ਼ੋਰ ਹੈ ਸਰਕਾਰੀ ਸਕੂਲ ਡੇਰਾ ਬੱਸੀ ਦੇ ਵਿੱਚ ਅਸੀਂ ਇਸ ਲਈ ਮੌਜੂਦ ਆ ਗੱਲਬਾਤ ਕਰਾਂਗੇ ਅਧਿਆਪਕ ਇੱਥੇ ਮੌਜੂਦ ਨੇ ਜੋ ਸ਼ਾਮ ਦੇ ਵੇਲੇ ਸ਼ਾਮ ਦੇ ਵੇਲੇ ਤਿਆਰੀਆਂ ਜੋ ਨੇ ਮੁਕੰਮਲ ਕਰ ਰਹੇ ਨੇ ਕਿਉਂਕਿ ਕੱਲ ਮੈਗਾ ਪੀਟੀ ਐ ਮੈਂ ਕੱਲ ਨੂੰ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਆਪਣੇ ਬੱਚਿਆਂ ਦਾ ਰਿਪੋਰਟ ਕਾਰਡ ਲੈਣ ਦੇ ਲਈ ਜਾਣਗੇ ਕਿ ਕਿਵੇਂ ਪੜ੍ਹਦੇ ਨੇ ਪੜ੍ਹਾਈ ਚ ਕਿਵੇਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਅਧਿਆਪਕ ਵੀ ਇੱਥੇ ਮੌਜੂਦ ਨੇ ਸ਼ਾਮ ਦਾ ਵੇਲਾ ਇੱਕ ਵਾਰ ਫਿਰ ਤੁਹਾਨੂੰ ਦੱਸਦਾ ਕਿ ਸ਼ਾਮ ਦਾ ਵੇਲਾ ਪਰ ਤਿਆਰੀਆਂ ਖਲੇ ਤਿੱਕਰ ਚੱਲ ਰਹੀਆਂ ਨੇ ਕਿਉਂਕਿ ਕੱਲ ਪੀਟੀਐਮ ਮੈਗਾ ਇਵੈਂਟ ਵੀ ਕਿਹਾ ਜਾ ਸਕਦਾ ਐ ਇਸ ਨੂੰ ਅਮਰਿੰਦਰ ਜੀ ਤੇ ਤਰਵਿੰਦਰ ਜੀ ਸਾਡੇ ਨਾਲ ਮੌਜੂਦ ਨੇ ਤੁਸੀਂ ਤਾਂ ਤਿਆਰੀਆਂ 'ਚ ਲੱਗੇ ਹੋਏ ਹੋ ਜੀ ਚੰਗੀ ਤਰ੍ਹਾਂ ਆ ਕੇ ਕੱਲ ਨੂੰ ਇਵੈਂਟ ਐ ਤੇ ਇਸ ਨੂੰ ਚੰਗੀ ਤਰ੍ਹਾਂ ਕਰਨਾ ਐ ਬੱਚਾ ਨੂੰ ਜੋ ਮਾਪੇ ਆਣਗੇ ਰਿਪੋਰਟ ਕਾਰਡ ਦੇਣੇ ਨੇ ਸਰ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡਾ ਜੀਐਨ ਵੀ ਸਾਡੇ ਸਕੂਲ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗੋਲੀ ਜ਼ਿਲ੍ਹਾ ਐਸਐਸ ਨਗਰਬੀਰ ਤੁਹਾਡਾ ਅਸੀਂ ਆਇਆ ਨੂੰ ਜੀਐਨ ਕਹਿੰਦੇ ਆ ਜੀ ਉਸ ਤੋਂ ਬਾਅਦ ਜੀ ਅਸੀਂ ਸਾਡੀ ਜੇ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇਖੋ ਬੱਚਿਆਂ ਨੂੰ ਇੰਨਾ ਸਿੱਖਿਆ ਨੂੰ ਲੈ ਕੇ ਇੰਨਾ ਪ੍ਰਮੋਟ ਕਰ ਰਹੇ ਨੇ ਤੇ ਇੰਨੀ ਟੈਨਸ਼ਨ ਲੈ ਰਹੇ ਨੇ ਤੇ ਉਹ ਜਦੋਂ ਸਾਡੀ ਸਰਕਾਰ ਇੰਨੀ ਟੈਨਸ਼ਨ ਲੈ ਰਹੀ ਹੈ ਦੇਖੋ ਸਾਡਾ ਵੀ ਫਰਜ਼ ਬੰਦੇ ਨੇ ਵੀ ਅਸੀਂ ਬੱਚਿਆਂ ਨੂੰ ਲੈ ਕੇ ਤੇ ਹੋਰ ਲੈ ਕੇ ਅਸੀਂ ਨਾਲ ਚੱਲੀਏ ਤੇ ਬਾਕੀ ਸਾਡੇ ਪ੍ਰਿੰਸੀਪਲ ਸਰ ਜੀ ਡਾਕਟਰ ਅਮਰਵੀਰ ਸਿੰਘ ਜੀ ਉਹ ਸਾਡੇ ਬਹੁਤ ਸਾਡੇ ਟੀਮ ਦੇ ਲੀਡਰ ਨੇ ਸਾਨੂੰ ਟਾਈਮ ਟਾਈਮ ਲਈ ਗਾਈਡ ਕਰ ਰਹੇ ਨੇ ਤੇ ਹੁਣ ਜਿਹੜੀ ਕੱਲ ਨੂੰ ਮੈਗਾ ਪੀਟੀਐਮ ਹੋ ਰਹੀ ਹੈ ਜੀ ਉਹਦੀਆਂ ਹੁਣ ਤਿਆਰੀਆਂ ਚੱਲ ਰਹੀਆਂ ਨੇ ਜੀ ਪੂਰੀਆਂ ਹੁਣ ਇਹਦੇ ਵਿੱਚ ਹੈ ਜੀ ਸਾਡੇ ਸਾਰੇ ਟੀਚਰਸ ਨੇ ਜੇ ਕਲਾਸ ਇੰਚਾਰਜ ਨੇ ਉਹਨਾਂ ਨੇ ਸਾਰੇ ਬੱਚਿਆਂ ਦੀ ਰਿਪੋਰਟ ਕਾਰਡ ਤਿਆਰ ਕਰ ਲਏ ਨੇ ਰਿਪੋਰਟ ਕਾਰਡ ਦੇ ਵਿੱਚ ਜਿਹੜੇ ਬੱਚੇ ਜਿਸ ਲੈਵਲ ਦੇ ਨੇ 80% ਵਾਲੇ ਬੱਚੇ ਅਵਭ ਨੇ ਜਾਂ 40% ਤੋਂ ਬਲੋ ਨੇ ਜਾਂ ਮਿਰੋਕਰ ਨੇ ਉਹਨਾਂ ਦੀ ਸਾਰੀ ਸਾਰੀ ਟੀਚਰਾਂ ਨੇ ਰਿਪੋਰਟ ਤਿਆਰ ਕਰ ਲਈ ਹੈ ਉਹਨਾਂ ਕਿਉਂਕਿ ਟੀਚਰ ਦੇ ਨਾਲ ਨਾਲ ਦੇਖੋ ਪੇਰੈਂਟਸ ਦਾ ਵੀ ਵਿੱਚ ਬਹੁਤ ਪੜ੍ਹਾਈ ਦੇ ਵਿੱਚ ਰੋਲ ਹੈ ਇਕੱਲਾ ਟੀਚਰ ਨੇ ਤਾਂ ਸਕੂਲ ਦੇ ਵਿੱਚ ਹੀ ਪੜਾਉਣਾ ਹੈ ਪੇਰੈਂਟਸ ਨੇ ਉਹਨੂੰ ਬੱਚੇ ਨੂੰ ਘਰੇ এনवायरमेंट ਵੀ ਦੇਣਾ ਹੈ ਉਹਨੂੰ ਸਹੂਲਤਾਂ ਵੀ ਪ੍ਰੋਵਾਈਡ ਕਰਨੀਆਂ ਨੇ ਤੇ ਉਹ ਸਾਰਾ ਕੁਝ ਐਰਪੋਰਟ ਕਾਰਡ ਦੇ ਵਿੱਚ ਅਸੀਂ ਤਿਆਰ ਕਰ ਲਿਆ ਹੈ ਤੇ ਕੱਲ ਨੂੰ ਸਾਡਾ ਜਿਆਦਾਤਰ ਕੋਸ਼ਿਸ਼ ਇਹੀ ਹੈ ਵੀ ਸਾਰੇ ਮੈਕਸਿਮਮ ਬੱਚੇ ਆਉਣ ਅਸੀਂ ਅੱਜ ਪਿੰਡ ਦੇ ਵਿੱਚ ਅਨਾਉਂਸਮੈਂਟ ਵੀ ਕਰਾਤੀ ਹੈ ਤੇ ਜਿਹੜੇ 80% 80% ਤੋਂ ਵੱਧ ਆ ਲੈਣੇ ਸਾਡੀ ਕੋਸ਼ਿਸ਼ ਹੈ ਵੀ ਸਾਰੇ ਬੱਚੇ ਸਾਡੇ ਮੈਰਿਟ ਦੇ ਵਿੱਚ ਆਉਣ ਉਹਨਾਂ ਲਈ ਐਕਸਟਰਾ ਕਲਾਸਿਸ ਵੀ ਚੱਲ ਰਹੀਆਂ ਨੇ ਜ਼ੀਰੋ ਪੀਰੀਅਡ ਸਵੇਰੇ ਇਸ ਟਾਈਮ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਸਾਡੇ ਟੀਚਰਜ਼ ਆ ਰਹੇ ਨੇ ਜ਼ੀਰੋ ਪੀਰੀਅਡ ਲੈ ਰਹੇ ਨੇ ਤੇ ਪ੍ਰਿੰਸੀਪਲ ਸਰ ਦੀ ਗਾਈਡੈਂਸ ਅਕੋਰਡਿੰਗ ਜਿਹੜੇ ਹੁਣ ਸਾਡੇ ਸਮਰਵ ਵਕੇਸ਼ਨਸ ਹੋ ਰਹੀਆਂ ਨੇ ਉਹਦੇ ਵਿੱਚ ਵੀ ਸਾਰਾ ਪਲਾਨ ਆਊਟ ਕੀਤਾ ਗਿਆ ਹੈ ਜੇ ਵੈਦਰ ਖਰਾਬ ਹੈ ਤਾਂ ਅਸੀਂ ਆਨਲਾਈਨ ਕਲਾਸਿਸ ਲੈਣੀਆਂ ਨੇ ਬੱਚਿਆਂ ਦੀਆਂ ਵੀ ਜਿਹੜੇ ਬੱਚੇ ਜਿਹੜੇ ਜਿਹੜੇ ਸਬਜੈਕਟ ਦੇ ਵਿੱਚ ਕਮਜ਼ੋਰ ਨੇ ਜਾਂ ਕਿਸੇ ਟੌਪਿਕ ਦੇ ਵਿੱਚ ਕਮਜ਼ੋਰ ਨੇ ਠੀਕ ਹੈ ਉਹ ਸਾਰੀਆਂ ਆਨਲਾਈਨ ਨੇ ਜੇ ਅਦਰ ਵੈਦਰ ਠੀਕ ਹੈ ਜੇ ਆਫਲਾਈਨ ਵੀ ਕਲਾਸਿਸ ਦੀ ਪੋਸੀਬਿਲਟੀ ਹੋ ਸਕਦੀ ਹੈ ਤਾਂ ਉਹ ਵੀ ਸਾਡੀਆਂ ਚੱਲਣਗੀਆਂ ਜੀ ਬਾਕੀ ਜੋ ਸਰਕਾਰ ਦੇ ਹਿਸਾਬ ਨਾਲ ਸਾਨੂੰ ਸਹੂਲਤਾਂ ਮਿਲੀਆਂ ਨੇ ਬੱਚਿਆਂ ਨੂੰ ਦੇਖੋ ਜੀ ਅੱਜ ਕੱਲ੍ਹ ਸਰਕਾਰੀ ਸਕੂਲ ਦੇ ਵਿੱਚ ਪ੍ਰੋਜੈਕਟਰ ਰਾਹੀਂ ਸਾਰਾ ਕੁਝ ਪ੍ਰੋਵਾਈਡ ਕੀਤਾ ਪੜਾਇਆ ਜਾ ਰਿਹਾ ਹੈ ਹਰੇਕ ਟਾਪਿਕ ਤੇ ਕੰਪਿਊਟਰ ਲੈਬਸ ਹੈਗੀਆਂ ਨੇ ਸਕੂਲਾਂ ਦੇ ਵਿੱਚ ਅਲੱਗ-ਅਲੱਗ ਤੇ ਪਾਰਕ ਵਗੈਰਾ ਵੀ ਪ੍ਰੋਵਾਈਡ ਕੀਤੇ ਗਏ ਨੇ ਆ ਦੇਖੋ ਅਸੀਂ ਤੁਹਾਨੂੰ ਅੱਗੇ ਨਾਲ ਨਾਲ ਦਿਖਾਉਨੇ ਆ ਜੀ ਅਕਸਰ ਅਕਸਰ ਰਿਵਾਜ ਹੁੰਦਾ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਉੱਥੇ ਕਾਦੀਆਂ ਪੜਾਈਆਂ ਹੁੰਦੀਆਂ ਨੇ ਸਰਕਾਰੀ ਸਕੂਲਾਂ ਦੇ ਤਾਂ ਬਸ ਜਵਾਕ ਕੇ ਜਾਂਦੇ ਨੇ ਖੇੜ ਮੇਲਾ ਕਰਕੇ ਜਦੋਂ ਦਿਲ ਕਰੇ ਵਾਪਸ ਆ ਜਾਂਦੇ ਨੇ ਇਹ ਇੱਕ ਇੱਕ ਰਿਵਾਜਾਂ ਬਣਿਆ ਹੋਇਆ ਤੇ ਹੁਣ ਪੇਰੈਂਟ ਟੀਚਰ ਮੀਟਿੰਗ ਜਿਸ ਤਰ੍ਹਾਂ ਕਰਵਾਈ ਜਾ ਰਹੀ ਆ ਸੰਜੀਦਗੀ ਅਸਲ ਦੇ ਵਿੱਚ ਹੈ ਸਰ ਪੇਰੈਂਟਸ ਮੀਟਿੰਗ ਹੈ ਸਾਡੇ ਸਕੂਲ ਦੀ ਅਸੀਂ ਰਿਜ਼ਲਟ ਦੇਦੇ ਸਾਡੇ ਸਕੂਲ ਦੇ ਬੱਚੇ ਟਾਪਰ ਰਹੇ ਨੇ ਤੇ ਇੰਜੀਨੀਅਰ ਬਣੇ ਨੇ ਇਹ ਚੰਗੀਆਂ ਪੋਸਟਾਂ ਦੇ ਵਿੱਚ ਗਏ ਨੇ ਇਸ ਸੰਗੋਲੀ ਸਕੂਲ ਦੇ ਵਿੱਚ ਇਹ ਉਹ ਟ੍ਰੈਂਡ ਨਹੀਂ ਰਿਹਾ ਵੀ ਪਹਿਲਾਂ ਸਰਕਾਰੀ ਸਕੂਲ ਸਰਕਾਰੀ ਖੂਲੀਏ ਨੇ ਹੁਣ ਅੱਜ ਦੇ ਬੱਚੇ ਵੀ ਬੜੇ ਅਵੇਅਰ ਨੇ ਤੇ ਪੇਰੈਂਟਸ ਵੀ ਬੜੇ ਅਵੇਅਰ ਨੇ ਕਿਉਂਕਿ ਹੁਣ ਇਹਨਾਂ ਨੂੰ ਸਹੂਲਤਾਂ ਬਹੁਤ ਮਿਲ ਚੁੱਕੀਆਂ ਨੇ ਸਕੂਲਾਂ ਦੇ ਵਿੱਚ ਤੇ ਸਾਡੇ ਸਕੂਲ ਦੇ ਵਿੱਚ ਮਤਲਬ ਇਹ ਆਪਣਾ ਨੇ ਮੋਦਿਆ ਦੇ ਵਿੱਚ ਜੀ ਇੰਜੀਨੀਅਰ ਦੇ ਵਿੱਚ ਫੌਜ ਦੇ ਵਿੱਚ ਬਹੁਤ ਚੰਗੇ ਚੰਗੇ ਪੋਸਟਾਂ ਦੇ ਬੱਚੇ ਚਲੇ ਗਏ ਨੇ ਸਾਨੂੰ ਜਦੋਂ ਮਿਲਣ ਆਉਂਦੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕੇ ਪੈਰੀਆ ਸਰ ਮੈਂ ਅੱਜ ਇਹ ਤੇ ਆ ਲੱਗ ਗਿਆ ਜੀ ਸਾਨੂੰ ਆਸੀਂ ਬੜਾ ਮਾਣ ਮਹਿਸੂਸ ਕਰਦੇ ਹੁਣ ਪਹਿਲਾਂ ਵਾਲੇ ਸਰਕਾਰੀ ਸਕੂਲ ਨਹੀਂ ਰਹੀ ਜੀ ਸਰਕਾਰੀ ਸਕੂਲਾਂ ਵਿੱਚ ਬਹੁਤ ਜ਼ਿਆਦਾ ਇਮਪਰੂਵਮੈਂਟ ਹੋ ਚੁੱਕੀ ਹੈ ਤੇ ਸਹੂਲਤਾਂ ਬਹੁਤ ਜ਼ਿਆਦਾ ਮਿਲ ਚੁੱਕੀਆਂ ਨੇ ਇੱਕ ਵਾਰ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਕੈਮਰਾਮੈਨ ਦਿਖਾਉਣਗੇ ਕਿ ਕਿਸ ਤਰ੍ਹਾਂ ਇੱਕ ਸਾਇੰਸ ਪਾਰਕ ਤਿਆਰ ਕੀਤਾ ਗਿਆ ਹੈ ਸਾਇੰਸ ਪਾਰਕ ਤੇ ਕਿਵੇਂ ਇਨਵੈਸਟ ਕੀਤਾ ਗਿਆ ਤੇ ਕਿਵੇਂ ਇਸ ਨੂੰ ਉਲੀਕਿਆ ਗਿਆ ਤੇ ਇਹ ਸ਼ਾਨਦਾਰ बन ਜਾਂਦਾ ਹੈ ਜਦੋਂ ਬੱਚੇ ਵੀ ਫਿਰ ਇੱਥੇ ਆ ਕੇ ਪੜ੍ਹਦੇ ਨੇ ਇਹ ਵੀ ਜੇ ਅਬਦੁੱਲ ਕਲਾਮ ਹੋਰਾ ਦਾ ਨਾਮ ਇਸ ਸਾਇੰਸ پارک ਨੂੰ ਦਿੱਤਾ ਗਿਆ ਜੋ ਦੇਸ਼ ਦੇ ਸਾਬਕਾ ਮਰਹੂਮ ਰਾਸ਼ਟਰਪਤੀ ਵੀ ਰਹੇ ਨੇ ਤੇ ਇਹ ਬੜਾ ਮੈਂ ਜਦੋਂ ਆਇਆ ਜੀ ਇੱਥੇ ਸਕੂਲ ਚ ਐਂਟਰ ਕੀਤਾ ਇਨਾ ਖੁੱਲਾ ਸਕੂਲ ਦੇਖ ਕੇ ਮੈਦਾਨ ਦੇਖ ਕੇ ਥੋੜੇ ਸਾਇੰਸ پارک ਦੇਖ ਕੇ ਜਾਂ ਕੰਪਿਊਟਰ ਦੀਆਂ ਇਹਦਾ ਕਲਾਸਾਂ ਦੇਖ ਕੇ ਜਿਸ ਤਰ੍ਹਾਂ ਇੱਕ ਸੋਚ ਲਗਾਈ ਗਈ ਹੈ ਸਕੂਲ ਤੇ ਤੁਸੀਂ ਸਾਰੇ ਅਧਿਆਪਕ ਵੀ ਬੜੇ ਮਿਹਨਤੀ ਲੱਗਦੇ ਹੋ ਸਾਰੇ ਅਧਿਆਪਕ ਬਹੁਤ ਮਿਹਨਤੀ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਿਹੜੇ ਹੁਣ ਅਧਿਆਪਕ ਸਾਡੇ ਹੈਗੇ ਨੇ ਉਹ ਹਰ ਚੀਜ਼ ਨੂੰ ਪਹਿਲ ਕਰਕੇ ਵਧੀਆ ਪੜ੍ਹਾਉਣ ਦੇ ਵਿੱਚ ਨੇ ਲੱਗੇ ਹੋਏ ਨੇ ਵੀ ਵੱਧ ਤੋਂ ਵੱਧ ਸਾਡਾ ਜਿਹੜਾ ਜਿਵੇਂ ਆਪਣੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਕਿਹਾ ਵੀ ਸਾਡਾ ਰਿਜ਼ਲਟ ਹੈ ਜੋ 100% ਆਵੇ ਤਾਂ ਉਹ ਅਧਿਆਪਕ ਪਹਿਲਾਂ ਹੀ ਤਿਆਰ ਸੀਗੇ ਇਸ ਚੀਜ਼ ਨੂੰ ਸਾਡੇ ਸਕੂਲ ਨੂੰ ਲੈ ਕੇ ਵੀ ਉਹ ਪੂਰੀ ਕੋਸ਼ਿਸ਼ ਕਰਦੇ ਨੇ ਜਿਹੜਾ ਸਾਡਾ ਰਿਜ਼ਲਟ ਹੈ 100% ਹੀ ਆਵੇ ਕੋਈ ਸ਼ੱਕ ਨਹੀਂ ਹੈ ਤੇ ਕੱਲ ਨੂੰ ਜਿਹੜੇ ਹੁਣ ਆਣਗੇ ਬੱਚੇ ਆਣਗੇ ਨਾਲ ਉਹਨਾਂ ਦੇ ਮਾਪੇ ਆਣਗੇ ਕੋਈ ਟਾਈਮਿੰਗ ਉਹਨਾਂ ਵਾਸਤੇ ਰੱਖੀ ਗਈ ਹੈ ਜੀ ਟਾਈਮਿੰਗ ਅਸੀਂ ਪ੍ਰਿਪੇਅਰ ਹੈ ਜੀ ਆਪਣੇ ਟਾਈਮ ਦੇ ਉੱਤੇ 10 ਵਜੇ ਤੋਂ ਪਹਿਲਾਂ ਹੀ ਅਸੀਂ ਪ੍ਰਿਪੇਅਰ ਹੋ ਕੇ ਇੱਥੇ ਆਵਾਂਗੇ ਬੱਚੇ ਤੇ ਉਹਨਾਂ ਦੇ ਪੇਰੈਂਟਸ ਵੀ ਮੇਰੇ ਖਿਆਲ ਦੇ ਵਿੱਚ 10 ਵਜੇ ਸਟਾਰਟ ਕਰ ਦੇਣਗੇ ਹਨ ਸਾਰਿਆਂ ਦੀਆਂ ਤਾਰੀਫਾਂ ਹੋਣਗੀਆਂ ਜਾਂ ਕਿਤੇ ਨਾ ਕਿਤੇ ਜੋ ਸਹੀ ਆ ਉਹਨੂੰ ਗਲਤ ਵੀ ਕਿਹਾ ਜਾਵੇਗਾ ਜੋ ਸਹੀ ਹੈ ਉਹੀ ਕਿਹਾ ਜਾਵੇਗਾ ਬਾਕੀ ਥੋੜਾ ਬਹੁਤ ਬੱਚਿਆਂ ਨੂੰ ਪਿਆਰ ਨਾਲ ਵੀ ਕਿਹਾ ਜਾਏਗਾ ਵੀ ਇਦਾਂ ਦੀ ਕੋਈ ਗੱਲ ਨਹੀਂ ਜੋ ਸਹੀ ਹੈ ਉਹੀ ਕਿਹਾ ਜਾਏਗਾ ਸਰਕਾਰ ਵੱਲੋਂ ਕੀ ਦਿਸ਼ਾ ਨਿਰਦੇਸ਼ ਨੇ ਕੀ ਸਰਕਾਰ ਇਸ ਨੂੰ ਸਿਰਫ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਆਏ ਆ ਤਾਂ ਦੇਖੋ ਪੀਟੀਐਮਸ ਹੋ ਰਹੀਆਂ ਨੇ ਅਸੀਂ ਐਕਟੀਵਿਟੀਆਂ ਵਧਾਈਆਂ ਨੇ ਜਾਂ ਫਿਰ ਅਸਲ ਦੇ ਵਿੱਚ ਮੈਂ 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 ਚਾਹੁੰਦਾ ਕਿ ਕੈਮਰੇ ਤੇ ਜੋ ਲੋਕ ਦੇਖ ਰਹੇ ਨੇ ਉਹਨਾਂ ਦੇ ਕਰਸਈ ਸੁਨੇਹਾ ਜਾਵੇ ਕਿ ਅਸਲ ਦੇ ਵਿੱਚ ਸੱਚੀ ਨੁਹਾਰਾ ਬਦਲ ਰਹੀਆਂ ਨੇ ਬਿਲਕੁਲ ਬਦਲ ਰਹੀਆਂ ਨੇ ਜੋ ਸਰਕਾਰ ਕਹਿ ਰਹੀ ਹੈ ਤੇ ਉਹਦੇ ਵਿੱਚ ਹੀ ਸਾਰਾ ਕੁਝ ਸਹੀ ਹੈ ਹੋਇਆ ਅਸੀਂ ਕੋਈ ਗੱਲ ਨਹੀਂ ਹੈ ਉਹ ਕੋਸ਼ਿਸ਼ ਜਿਵੇਂ ਅਸੀਂ ਵੀ ਕਰ ਰਹੇ ਆ ਤੇ ਟੀਚਰ ਕਰ ਰਹੇ ਨੇ ਸਾਡੇ ਆਪਣੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦੀ ਵੀ ਕੋਸ਼ਿਸ਼ ਇਹੀ ਹੈ ਵੀ ਜੋ ਬਣਦਾ ਹੈ ਬਿਲਕੁਲ ਪੰਜਾਬ ਦੇ ਜੋ ਨਵੀਂ ਪੀੜ੍ਹੀ ਆ ਰਹੀ ਹੈ ਉਸ ਨੂੰ ਚੱਕਿਆ ਜਾਵੇ ਉੱਪਰ ਸਕੂਲਾਂ ਦੇ ਵਿੱਚ ਹੁਣ ਜਿਵੇਂ ਕਹਿਆ ਕਿ ਅਸੀਂ ਸਕੂਲ ਸੁਧਾਰਾਂਗੇ ਸਕੂਲਾਂ ਨੂੰ ਇੱਕ ਨਵੇਂ ਮੁਕਾਮ ਤੇ ਲੈ ਕੇ ਜਾਵਾਂਗੇ ਜਿਹੜੀਆਂ ਨਵੀਆਂ ਐਡਮਿਸ਼ਨਸ ਨੇ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਕੁਝ ਕੀਤਾ ਜਾ ਰਿਹਾ ਜੀ ਹਾਂਜੀ ਕੀਤਾ ਜਾ ਰਿਹਾ ਸਾਰਾ ਕੁਝ ਕੀਤਾ ਜਾ ਰਿਹਾ ਹੈ ਹਰ ਟੀਚਰ ਵੱਲੋਂ ਕੁਛ ਨਾ ਕੁਛ मतलब ਬੱਚੇ ਪਿੰਡਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਸੰਝਾਰਾ ਕੁਝ ਦੱਸਿਆ ਜਾਂਦਾ ਵੀ ਹੁਣ ਸਰਕਾਰੀ ਸਕੂਲ ਚੇਂਜ ਹੋ ਚੁੱਕਿਆ ਹੈ ਪਹਿਲਾਂ ਵਾਂਗੂ ਨਹੀਂ ਹੈ ਹੁਣ ਜੋ ਪ੍ਰਾਈਵੇਟ ਸਕੂਲ ਦੇ ਵਿੱਚ ਹੈਗੇ ਆ ਸਾਡੇ ਉਹ ਹੁਣ ਤੁਸੀਂ ਇੱਥੇ ਸਰਕਾਰੀ ਸਕੂਲ ਦੇ ਵਿੱਚ ਵੀ ਚੀਜ਼ ਲੈ ਸਕਦੇ ਹੋ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਹੈ ਹੁਣ ਪ੍ਰਾਈਵੇਟ ਸਕੂਲ ਦੇ ਵਾਂਗੂ ਏਦਾਂ ਨਹੀਂ ਗੱਲ ਨਹੀਂ ਸਰਕਾਰੀ ਸਕੂਲ ਦੇ ਵਿੱਚ ਸਭ ਕੁਝ ਹੈ ਮਾਈਂਡ ਸੈਟ ਕੱਲ ਦੀ ਪੀਟੀਐਮ ਤੋਂ ਬਾਅਦ ਕਿਵੇਂ ਦਾ ਹੋਏਗਾ ਜੀ ਓਵਰਆਲ ਪੂਰੇ ਪੰਜਾਬ ਦੇ ਵਿੱਚ ਵੀ ਉਹਨਾਂ ਬੱਚਿਆਂ ਦੇ ਲਈ ਵੀ ਜੋ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤੇ ਕੀ ਸੁਨੇਹਾ ਜਾਏਗਾ ਉਹਨਾਂ ਮਾਪਿਆਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਚ ਪੜਾਉਂਦੇ ਜੀ ਸਭ ਤੋਂ ਵੱਡਾ ਸੁਨੇਹਾ ਇਹ ਜਾਏਗਾ ਪਹਿਲਾਂ ਜਿਹੜੇ ਪਿੰਡ ਸਰਕਾਰੀ ਸਕੂਲ ਸੀਗੇ ਜਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੇਰੈਂਟਸ ਨੂੰ ਵੈਸੀ ਡਿਫਰੈਂਸ ਪਤਾ ਲੱਗਣ ਲੱਗਾ ਅੰਤਰ ਪਤਾ ਲੱਗਣ ਲੱਗ ਗਿਆ ਪਹਿਲਾਂ ਜਿਹੜੇ ਸਰਕਾਰੀ ਸਕੂਲਾਂ ਦੇ ਪੇਰੈਂਟਸ ਨੂੰ ਇਦਾਂ ਹੀ ਹੁੰਦਾ ਜੀ ਅੱਛਾ ਸਾਡੇ ਬੱਚੇ ਦੀ ਪੀਟੀਐਮ ਹੋਏਗੀ ਅਸੀਂ ਜਾਵਾਂਗੇ ਸਾਨੂੰ ਕੁਝ ਪਤਾ ਲੱਗੇਗਾ ਇਹ ਸਭ ਤੋਂ ਵੱਡਾ ਅੰਤਰ ਹੈ ਦੇਖੋ ਪੰਜਾਬ ਸਰਕਾਰ ਨੇ 2 ਘੰਟੇ ਦੀ ਛੁੱਟੀ ਵੀ ਐਲਾਨ ਕਰ ਦਿੱਤੀ ਹੈ ਸਰਕਾਰੀ ਸਕੂਲਾਂ ਲਈ ਵੀ ਤੁਸੀਂ ਆਦੇ ਬੱਚੇ ਲਈ ਜਾਓ ਸਰਕਾਰੀ ਮੁਲਾਜ਼ਮਾ ਵਿੱਚ ਜਿਨ੍ਹਾਂ ਦੇ ਪੜਦੇ ਨੇ ਵੀ ਤੁਸੀਂ ਜਾਓ ਇਹ ਸਭ ਤੋਂ ਵੱਡਾ ਦੇਖੋ ਵੱਡਾ ਸੁਨੇਹਾ ਜਾ ਰਿਹਾ ਹੈ ਇੱਥੋਂ ਆਪਾਂ ਨੂੰ ਪੰਜਾਬ ਸਰਕਾਰ ਦੀ ਗੰਭੀਰਤਾ ਦਾ ਵੀ ਪਤਾ ਲੱਗ ਰਿਹਾ ਵੀ ਉਹ ਬੱਚਿਆਂ ਲਈ ਕਿੰਨਾ ਗੰਭੀਰ ਨੇ ਜਾਂ ਐਜੂਕੇਸ਼ਨ ਲਈ ਕਿੰਨਾ ਗੰਭੀਰ ਨੇ ਤੇ ਇੱਥੋਂ ਦਾ ਡਿਫਰੈਂਸ ਪਤਾ ਲੱਗਣੇ ਲੱਗਣੇ ਜੀ ਇਹ ਚੀਜ਼ਾਂ ਦਾ ਤਾਂ ਅੱਛਾ ਤੁਸੀਂ ਅਧਿਆਪਕੋ ਤੁਸੀਂ ਚੰਗੀ ਤਰ੍ਹਾਂ ਦੱਸ ਸਕਦੇ ਹੋ ਸਰਕਾਰ ਇਸ ਵਾਰ ਤਿੰਨ ਚੀਜ਼ਾਂ ਨੂੰ ਲੈ ਕੇ ਆਈ ਸੀ ਕਹਿੰਦੇ ਸੀ ਅਸੀਂ ਮੁੱਢਲੀਆਂ ਸਹੂਲਤਾਂਵਾਂ ਦੇਣੀਆਂ ਨੇ ਸਿਹਤ ਸਿੱਖਿਆ ਤੇ ਰੋਜ਼ਗਾਰ ਸਿੱਖਿਆ ਦੇ ਵਿੱਚ ਤੁਸੀਂ ਹੈਗੇ ਹੋ ਕੀ ਫਰਕ ਆਇਆ ਜੀ ਜਦੋਂ ਦੀ ਸਰਕਾਰ ਬਣੀ ਆ तकरीबन 9 ਮਹੀਨੇ ਹੋ ਚੱਲੇ ਨੇ ਫਰਕ ਕੀ ਆਇਆ ਹੁਕਮ ਆਉਂਦੇ ਨੇ ਵਿਭਾਗਾ ਵੱਲੋਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਇਹ ਚੀਜ਼ ਤੇ ਕੰਮ ਕਰੋ ਜਾਂ ਇਸ ਚੀਜ਼ ਨੂੰ ਸੁਧਾਰੋ ਕੀ ਕਿਸ ਤਰ੍ਹਾਂ ਦਾ ਬਦਲਾਅ ਤੁਸੀਂ ਮਹਿਸੂਸ ਕਰਦੇ ਹੋ ਕੋਜੀ ਤੁਹਾਡੀ ਪਹਿਲੀ ਜਿਹੜੀ ਕੁਐਸਚਨ ਆ ਉਹਦਾ ਜਵਾਬ ਦਿੰਨੇ ਆ ਹੁਣ ਸਾਡੇ ਨਵੀਂ ਅਪੁਆਇੰਟਮੈਂਟ ਹੋ ਰਹੀ ਹੈ ਮੈਨੂੰ ਲੱਗਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਜਿਹੜੀ ਨਵੀਂ ਰਿਕਰੂਟਮੈਂਟ ਨੂੰ ਆਰਡਰ ਦਿੱਤੇ ਜਾਣਗੇ ਜਿੱਥੇ ਖਾਲੀ ਪੋਸਟਾਂ ਨੇ ਠੀਕ ਹੈ ਉੱਥੇ ਖਾਲੀ ਪੋਸਟਾਂ ਪਰ ਨਹੀਂ ਸਰਕਾਰ ਬਚਨਬੰਦ ਸੀ ਤੇ ਭਰ ਵੀ ਰਹੀ ਹੈ ਕੋਈ ਨਵੀਂ ਐਡ ਵੀ ਆ ਰਹੀ ਹੈ ਤੇ ਦੋ ਚਾਰ ਦਿਨਾਂ ਦੇ ਵਿੱਚ ਜਿਹੜੇ ਕਈ ਸਬਜੈਕਟ ਜਿਹੜੇ ਮੇਨ ਸਬਜੈਕਟ ਨੇ ਠੀਕ ਹੈ ਉਹਨਾਂ ਦੀ ਨਵੀਂ ਟੀਚਰਾਂ ਦੀ ਰਿਕਰੂਟਮੈਂਟ ਵੀ ਮਤਲਬ ਕਿ ਅਪਾਇੰਟਮੈਂਟ ਆਰਡਰ ਮਿਲ ਜਾਣਗੇ ਠੀਕ ਹੈ ਹਾਂਜੀ ਤੇ ਇਹਦੇ ਨਾਲ ਹੋਰ ਮਿਲ ਕੇ ਤੁਸੀਂ ਕਹਿ ਰਹੇ ਹੋ ਕਿ ਨਵੇਂ ਮਾਸਟਰ ਕੈਡਰ ਦੀ ਨਵੀਆਂ ਭਰਤੀਆਂ ਹੋਣਗੀਆਂ ਹਾਂਜੀ 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 ਮਾਸਟਰ ਕੈਡਰ ਦੀਆਂ ਵੀ ਨੇ ਪਿੱਛੇ ਪ੍ਰਿੰਸੀਪਲਾਂ ਦੀਆਂ ਵੀ ਨਿਕਲੀਆਂ ਨੇ ਲੈਕਚਰਰਾਂ ਦੀਆਂ ਵੀ ਨਿਕਲੀਆਂ ਨੇ ਪ੍ਰੋਮੋਸ਼ਨਸ ਵੀ ਹੋ ਰਹੀਆਂ ਨੇ ਜੀ ਮਤਲਬ ਕਿ ਹਰ ਚੀਜ਼ ਨਾਲ ਨਾਲ ਚੱਲ ਰਹੀ ਹੈ ਜੀ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਤੇ ਵੀ ਨਹੀਂ ਹੋ ਰਿਹਾ ਐਕਚੁਅਲੀ ਜੋ ਹੈ ਉਹ ਦਿਖ ਰਿਹਾ ਹੈ ਹਾਂਜੀ ਚੱਲ ਰਿਹਾ ਤੇ ਫੰਡਸ ਨੂੰ ਲੈ ਕੇ ਕੀ ਸਿਸਟਮ ਹੈ ਜੀ ਫੰਡਸ ਦਾ ਟਾਈਮ ਸਮੇਸਰ ਆਉਂਦੇ ਨੇ ਸਕੂਲਾਂ ਨੂੰ ਮਿਲ ਰਹੇ ਨੇ ਜੀ ਫੰਡ ਦੇਖ ਰਹੇ ਆ ਰਹੇ ਜੀ ਆ ਦੇਖੋ ਤੁਹਾਡੇ ਸਾਹਮਣੇ ਨੇ ਆ ਜੇ ਬਿਨਾ ਫੰਡ ਤੋਂ ਵਿੱਚੋਂ ਦੇਖੋ ਸਰਕਾਰੀ ਸਕੂਲ ਦੇ ਵਿੱਚੋਂ ਕਿੱਥੇ ਕੀ ਹੋਏਗਾ ਹੈਨਾ ਤੁਹਾਡੇ ਸਾਹਮਣੇ ਆ ਦੇਖੋ ਅਸੀਂ ਆਪਾਂ ਸਾਇੰਸ ਪਾਰਕ ਦੇ ਵਿੱਚ ਆ ਇਸ ਤੋਂ ਬਾਅਦ ਆਪਾਂ ਜਿਹੜੇ ਮੈਥਸ ਦਾ ਪਾਰਕ ਬਣਿਆ ਉੱਥੇ ਵੀ ਚੱਲਾਂਗੇ ਆਈਟੀ ਕੰਪਿਊਟਰ ਆਈਟੀ ਦਾ ਪਾਰਕ ਬਣਿਆ ਇਹ ਬਿਨਾ ਫੰਡ ਤੋਂ ਦੇਖੋ ਪੋਸੀਬਲ ਨਹੀਂ ਹੈ ਜੇ ਫੰਡਸ ਆ ਰਹੇ ਨੇ ਸਰਕਾਰ ਵੱਲੋਂ ਕੁਝ ਪ੍ਰਿੰਸੀਪਲ ਤੋਂ ਜਾਂ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਸਾਰੇ ਕਿਤੇ ਯਤਨ ਚੱਲ ਰਹੇ ਨੇ ਤਾਈਆਂ ਸਾਰਾ ਕੁਝ ਚੱਲ ਰਿਹਾ ਜੀ ਇਹ ਤਾਂ ਕੋਸ਼ਿਸ਼ ਅਸੀਂ ਕੀਤੀ ਹੈ ਕਿ ਪਹੁੰਚਿਆ ਜਾਵੇ ਇੱਕ ਦਿਨ ਪਹਿਲਾਂ ਕਿਉਂਕਿ ਪੈਰੈਂਟਸ ਟੀਚਰ ਮੀਟਿੰਗ ਹੋਣ ਜਾ ਰਹੀ ਆ ਸਰਕਾਰੀ ਸਕੂਲਾਂ ਦੇ ਵਿੱਚ ਤੇ ਉਸ ਲਿਹਾਜ਼ ਦੇ ਨਾਲ ਤਿਆਰੀਆਂ ਕੀਤੀਆਂ ਜਾ ਰੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਲੱਗੇ ਹੋਏ ਨੇ ਮਿਹਨਤੀ ਅਧਿਆਪਕ ਲੱਗੇ ਹੋਏ ਨੇ ਇੱਥੇ ਕਿ ਤਿਆਰੀਆਂ ਮੁਕੰਮਲ ਕਰ ਲੀਆਂ ਜਾਣ ਤੇ ਕੱਲ ਨੂੰ ਜੋ ਰਿਪੋਰਟ ਕਾਢਾ ਸਲ ਬੱਚਿਆਂ ਦਾ ਉਹ ਵੀ ਦਿੱਤਾ ਜਾਏਗਾ ਸਕੂਲ ਹੋਵੇ ਅਧਿਆਪਕ ਵੱਖਰੇ ਵੱਖਰੇ ਸਬਜੈਕਟਾਂ ਦੇ ਹੁੰਦੇ ਨੇ ਤੇ ਇੱਕ ਡੀਪੀ ਸਰ ਹੁੰਦੇ ਨੇ ਫਿਜ਼ੀਕਲ ਐਜੂਕੇਸ਼ਨ ਦੇ ਸਰ ਜਿੰਨਾ ਤੋਂ ਸਾਰੇ ਜਵਾਗ ਮਾਰੇ ਡਰਦੇ ਹੁੰਦੇ ਨੇ ਤੇ ਉਹਨਾਂ ਦਾ ਦਬਕਾ ਹੀ ਵੱਡਾ ਵੱਡਾ ਹੁੰਦਾ ਹੈ ਉਹ ਸਾਡੇ ਨਾਲ ਮੌਜੂਦ ਨੇ ਕਿਵੇਂ ਦੀਆਂ ਤਿਆਰੀਆਂ ਨੇ ਸਰ ਕੱਲ ਪੀਟੀਐਮ ਦੀਆਂ ਸਾਡੀ ਫੁੱਲ ਤਿਆਰੀ ਹੈ ਜੀ ਕੱਲ ਨੂੰ ਸਾਡਾ ਸਭ ਤੋਂ ਪਹਿਲਾ ਟੀਚਾ ਹੈ ਸਾਡੇ ਸਕੂਲ ਦਾ ਪਹਿਲਾਂ ਵੀ ਇਹ ਰਿਹਾ ਹੈ ਟ੍ਰੈਂਡ ਕਿ ਸਾਡਾ 100% ਹੀ ਰਿਜ਼ਲਟ ਰਿਹਾ ਤੇ ਅੱਗੇ ਨੂੰ ਵੀ 100% ਹੀ ਰਹੇਗਾ ਸਰਕਾਰ ਦੀ ਹਦਾਇਤਾਂ ਅਨੁਸਾਰ ਅਸੀਂ ਜਿਵੇਂ ਵੀ ਸਰਕਾਰ ਹਦਾਇਤਾਂ ਕਰ ਰਹੀ ਹੈ ਉਹਨੂੰ ਪੂਰਾ ਕੰਪਲੀਟ ਕਰਾਂਗੇ ਜੀ ਸਰਦੀਆਂ ਦੇ ਦਿਨ ਨੇ ਜੀ ਬੱਚਿਆਂ ਨੂੰ ਭਜਾਉਨੇ ਹੁੰਨੇ ਹੋ ਐਕਸਰਸਾਈਜ਼ਾ ਕਰਾਉਨੇ ਹੁੰਨੇ ਹੋ ਹਾਂਜੀ ਸਰ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਆ ਗੱਲਬਾਤ ਪੀਟੀਸੀ ਸਰ ਵਾਲੇ ਨੇ ਵੀ ਕੀਤੀ ਹੈ ਤੇ ਉਹਨਾਂ ਨੇ ਕਹਿਣਾ ਹੈ ਕਿ ਤਿਆਰੀਆਂ ਪੂਰੀਆਂ ਨੇ ਕੱਲੋਂ ਇਸ ਸਕੂਲ ਦੇ ਵਿੱਚ ਮਾਪੇ ਆਉਣਗੇ ਤੇ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਲੈ ਕੇ ਜਾਣਗੇ ਤਾਂ ਸਕੂਲ ਦੀ ਫੇਰੀ ਤੇ ਆ ਤਸਵੀਰਾਂ ਲਗਾਤਾਰ ਦਿਖਾ ਰਿਹਾ ਅਧਿਆਪਕਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ ਤੇ ਸਕੂਲ ਘੁੰਮਣ ਦਾ ਵੀ ਇਸ ਸਬਦ ਦੇ ਦੌਰਾਨ ਮੌਕਾ ਮਿਲਿਆ ਖੂਬ ਸਕੂਲ ਇਹਨਾ ਖੂਬਸੂਰਤ ਹੈ ਖਾਸ ਹੈ ਕਿਉਂਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਣ ਦੇ ਲਈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਦੇ ਲਈ ਮਾਡਲਸ ਤਿਆਰ ਕੀਤੇ ਗਏ ਨੇ ਭਾਸ਼ਾ ਦੇ ਵੱਖਰੇ ਇੱਥੇ ਛੋਟੇ-ਛੋਟੇ ਪਾਰਕ ਬਣਾਏ ਗਏ ਨੇ ਕੰਪਿਊਟਰ ਸਪੜਾਉਣ ਵਾਸਤੇ ਇੱਥੇ ਵੱਖਰਾ ਇੱਕ ਮਾਡਲ ਤਿਆਰ ਕੀਤਾ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਹਦੇ ਪਿੱਛੇ ਇੱਕ ਖਾਸ ਕਹਾਣੀ ਵੀ ਦੱਸਾਂਗੇ ਬੜੀ ਦਿਲਚਸਪ ਜਿਹੀ ਕਹਾਣੀ ਹੈ ਤਾਂ ਪਹਿਲਾਂ ਸਬ ਦੇਖ ਲੈਣੇ ਪਾਰ ਕੇ ਆਈਡੀਆ ਕਿਹਦਾ ਸੀਗਾ ਜੀ ਇਹ ਤੁਹਾਡੀ ਕਦੋਂ ਇੱਥੇ ਪੋਸਟਿੰਗ ਹੁੰਦੀ ਹੈ ਉਦੋਂ ਇਹ ਸਭ ਸੀਗਾ ਕਿ ਉਸ ਤੋਂ ਬਾਅਦ ਮਿਹਨਤਾਂ ਕੀਤੀਆਂ ਤੁਸੀਂ ਸਾਰੇ ਅਧਿਆਪਕਾਂ ਦੀ ਟੀਮ ਨੇ ਮਿਲ ਕੇ ਇੱਥੇ ਜੀ ਸਾਡੀ 2005 ਦੀ ਪੋਸਟਿੰਗ ਹੈ ਵੀਰੇ ਵੈ ਸਾਰੇ ਅਮਰਿੰਦਰ ਸਰ 2005 ਤੋਂ ਆਏ ਨੇ ਮੈਂ 2006 ਤੋਂ ਆਏ ਹਾਂ ਉਦੋਂ ਇਹ ਸਾਰਾ ਜੰਗਲ ਸੀਗਾ ਇਹ ਠੀਕ ਹੈ ਜੀ ਸਾਰੇ ਟਾਈਮ ਲਈ ਪ੍ਰਿੰਸੀਪਲ ਆਏ ਨੇ ਇਹ ਸਾਰਾ ਜਿਹੜੀ ਆ ਫਾਊਂਡੇਸ਼ਨ ਹੋਈ ਹੈ ਸਾਰੀ ਡਾਕਟਰ ਅਮਰਵੀਰ ਸਿੰਘ ਸਾਡੇ ਪ੍ਰਿੰਸੀਪਲ ਸਰ ਨੇ ਉਹਨਾਂ ਦੀ ਸਾਰੀ ਇਹ ਮਾਈਂਡ ਦੇ ਸਾਰਾ ਉਹਨਾਂ ਨੇ ਕਨਸੈਪਟ ਤਿਆਰ ਕੀਤਾ ਆਈਡੀਆਜ਼ ਉਹਨਾਂ ਨੇ ਤੇ ਕਨਸੈਪਟ ਉਹਨਾਂ ਦੇ ਨੇ ਤਾਂ ਉਸ ਅਨੁਸਾਰਾ ਉਹਨਾਂ ਦੀ ਗਾਈਡੈਂਸ ਦੇ ਵਿੱਚ ਇਹ ਸਾਰਾ ਕੁਝ ਬਣ ਰਿਹਾ ਇਹ ਲੈਂਗੁਏਜ ਪਾਰਕ ਬਣੇ ਨੇ ਤਾਂ ਆਹ ਸਾਰੇ ਇਹ ਮਤਲਬ ਕਿ ਬੱਚਿਆਂ ਨੂੰ ਆਪਣੇ ਨਾਲ ਨਾਲ ਜਿਹੜੇ ਇਤਿਹਾਸ ਨਾਲ ਵੀ ਜੋੜਿਆ ਜਾ ਰਿਹਾ ਦੇਖੋ ਤੁਹਾਡੇ ਸਾਹਮਣੇ ਚਰਖਾ ਰੱਖਿਆ ਹੋਇਆ ਪੁਰਾਣਾ ਅੱਜ ਦੇ ਬੱਚੇ ਨੂੰ ਚਰਖਾ ਨਹੀਂ ਪਤਾ ਹੋਣਾ ਵੀ ਕੀ ਹੁੰਦਾ ਮਾਡਲ ਮਾਡਲ ਤਿਆਰ ਕੀਤੇ ਹੋਏ ਨੇ ਵੀ ਨਹੀਂ ਅਲੱਗ-ਅਲੱਗ ਜੀ ਤੇ ਆ ਨਾਲ ਸਾਡੇ ਅਲੱਗ-ਅਲੱਗ ਕੰਪਿਊਟਰ ਦੇ ਪਾਰਕ ਨੇ ਜੀ ਇਹ ਪਾਸ਼ਾ ਦਾ ਹੈ ਇਹ ਪਾਸ਼ਾ ਦਾ ਹੀ ਸਰ ਬੜੇ ਖੂਬਸੂਰਤੀ ਦੇ ਨਾਲ ਇੱਕ ਮਾਡਲ ਪੇਸ਼ ਕੀਤਾ ਗਿਆ ਇੱਕ ਬੂਟਾ ਲਗਾਇਆ ਗਿਆ ਤੇ ਉਸ ਤੋਂ ਬਾਅਦ ਉਹਦੇ ਵੱਖਰੇ-ਵੱਖਰੇ ਪੱਤੇ ਬਣਾਏ ਗਏ ਨੇ ਤੇ ਉਹਨਾਂ ਪੱਤਿਆਂ ਤੇ ਵੱਖਰੇ-ਵੱਖਰੇ ਸ਼ਬਦ ਨੇ ਬੱਚਿਆਂ ਨੂੰ ਸਮਝਾਉਣ ਦੇ ਵਾਸਤੇ ਤੇ ਹੁਣ ਮੈਂ ਜਿਸ ਕੰਪਿਊਟਰ ਪਾਰਕ ਦੇ ਵਿੱਚ ਤੁਹਾਨੂੰ ਲੈ ਕੇ ਚੱਲਾਂ ਉਸ ਕੰਪਿਊਟਰ ਪਾਰਕ ਦੇ ਵਿੱਚ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਉਹਨਾਂ ਅਧਿਆਪਕ ਸਾਹਿਬਾਨ ਨਾਲ ਮਲਾਵਾਂਗੇ ਜਿਨ੍ਹਾਂ ਦਾ ਇਹ ਪਹਿਲਾ ਆਪਣਾ ਪਰਸਨਲ ਕੰਪਿਊਟਰ ਸੀ ਤੇ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇਹ ਮਾਡਲ ਤਿਆਰ ਕਰਨ ਦੇ ਲਈ ਆਪਣਾ ਪਹਿਲਾ ਕੰਪਿਊਟਰ ਕਿਉਂਕਿ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਉਹ ਪਹਿਲਾ ਕੰਪਿਊਟਰ ਦਾ ਮਾਡਲ ਤਿਆਰ ਕਰਵਾਇਆ ਸੀ CPU ਇੱਥੇ ਪਿਆ ਉਸ ਤੋਂ ਬਾਅਦ ਜੋ ਉਹਦੇ ਮਦਰ ਬੋਰਡ ਹੋਇਆ ਜੀ ਮਦਰ ਬੋਰਡ ਸੀ ਜਾਂ ਹੋਰ ਜ਼ਰੂਰੀ ਚੀਜ਼ਾਂ ਸੀ ਉਹ ਬਾਹਰ ਕੱਟ ਕੇ ਰੱਖਿਆ ਸਮਝਾਉਣ ਦੇ ਵਾਸਤੇ ਕੀਬੋਰਡ ਮਾਊਸ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਅਧਿਆਪਕ ਜੀ ਨਾਲ ਨੇ ਤਰਵਿੰਦਰ ਜੀ ਅਮਰਿੰਦਰ ਜੀ ਅਮਰਿੰਦਰ ਜੀ ਕਿਵੇਂ ਇਹ ਤੁਹਾਡੇ ਦਿਮਾਗ ਦੇ ਵਿੱਚ ਆਇਆ ਤੇ ਦਿਲ ਕਿਵੇਂ ਕਰਨ ਲੱਗਿਆ ਕਿ ਯਾਰ ਮੇਰਾ ਪਹਿਲਾ ਕੰਪਿਊਟਰ ਸੀਗਾ ਤੇ ਮੈਂ ਇਹਦਾ ਪੇਸ਼ ਕਰੀ ਇਹ ਆਇਆ ਹੀ ਬੱਚਿਆਂ ਨੂੰ ਦੱਸਣ ਵਾਸਤੇ ਕੋਈ ਗੱਲ ਨਹੀਂ ਪਹਿਲਾ ਇਹ ਕੰਪਿਊਟਰ ਮੈਂ ਆਪਣਾ ਸੰਗਰੂਰ ਡਿਸਟ੍ਰਿਕਟ ਤੋਂ ਸ਼ਹਿਰ ਸੰਗਰੂਰ ਤੋਂ ਹੀ ਖਰੀਦਿਆ ਸੀਗਾ ਜਾ ਕੇ ਸਾਡੇ ਉੱਥੇ ਮਿਲਦਾ ਨਹੀਂ ਸੀ ਉਦੋਂ ਕੋਈ ਸ਼ਾਪ ਵਗੈਰਾ ਨਹੀਂ ਸੀ ਹੁੰਦੀ ਤਾਂ ਜਦੋਂ ਪੜਨ ਲੱਗਿਆ ਮੈਂ ਸੰਗਰੂਰ ਤੋਂ ਹੀ ਪੜਨਾ ਸ਼ੁਰੂ ਕੀਤਾ ਹੈ ਕੰਪਿਊਟਰ ਦੀ ਸਟੱਡੀ ਉੱਥੋਂ ਤਾਂ ਉੱਥੋਂ ਹੀ ਮੈਂ ਬਾਏ ਕੀਤਾ ਸੀ ਜਦੋਂ ਅਸੀਂ ਇੱਥੇ ਆ ਗਏ ਸਾਰੇ ਇਕੱਠੇ ਹੋ ਗਏ ਤਾਂ ਅਸੀਂ ਸੋਚਿਆ ਵੀ ਸਾਨੂੰ ਟਾਸਕ ਦਿੱਤਾ ਗਿਆ ਮਾਡਲ ਤਿਆਰ ਕਰਨਾ ਤਾਂ ਤਰਮਿੰਦਰ ਜੀ ਨੇ ਤੇ ਸਾਡੇ ਹੋਰ ਵੀ ਨੇ ਸਾਡੇ ਰੂਚੀ ਮੈਡਮ ਨੇ ਸਾਡੇ ਨਾਲ ਕੰਪਿਊਟਰ ਦੇ ਉਹਨਾਂ ਨੇ ਵੀ ਕਿਹਾ ਵੀ ਚਲੋ ਕਿ ਤੋ ਪਾਰਟਸ ਇਕੱਠੇ ਕਰੀਏ ਫਿਰ ਮੈਂ ਕਿਹਾ ਵੀ ਮੇਰੇ ਕੋਲ ਪਿਆ ਹੈ ਪਹਿਲਾ ਕੰਪਿਊਟਰ ਚੱਲਦਾ ਨਹੀਂ ਹੁਣ ਬਹੁਤ ਆਊਟਡੇਟਡ ਜਾ ਹੋ ਗਿਆ ਹੈ ਉਹ ਮੈਂ ਕਿਹਾ ਲੈ ਆਨੇ ਆਪਾਂ ਇੱਥੇ ਸਾਰੇ ਇੱਥੇ ਲਗਾ ਲੈਨੇ ਆਪਾਂ ਨਾਲ ਲੈਨੇ ਆ। ਬਿਲਕੁਲ ਇੱਕ ਛੋਟੀ ਜਿਹੀ ਕਹਾਣੀ ਸੀ ਜਿਹੜੀ ਤੁਹਾਨੂੰ ਦੱਸਣੀ ਅਸੀਂ ਜ਼ਰੂਰੀ ਸਮਝੀ ਕਿ ਇਸ ਤਰ੍ਹਾਂ ਜੇਕਰ ਅਧਿਆਪਕ ਆਪਣੇ ਸੱਚੇ ਮਨ ਦੇ ਨਾਲ ਸੱਚੇ ਤੰਦ ਦੇ ਨਾਲ ਬੱਚਾ ਨੂੰ ਪੜਾਉਣ ਤਾਂ ਬੱਚੇ ਖੁਦ ਬਖੁਦ ਅੱਗੇ ਬਹੁਤ ਜਾਣਗੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾਈਆਂ ਨੇ ਸਕੂਲ ਦੀਆਂ ਇਸ ਸਕੂਲ ਦੇ ਵਿੱਚ ਪਹੁੰਚੇ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਤੇ ਕੱਲ ਦੀਆਂ ਤਿਆਰੀਆਂ ਕਿਵੇਂ ਨੇ ਉਹ ਸਬੰਧੀ ਵੀ ਜਾਣਿਆ ਤੇ ਕੱਲੋਂ ਪੀਟੀਐਮ ਹੋਣ ਜਾ ਰਹੀ ਹੈ ਪੀਟੀਐਮ ਕਿਸ ਤਰ੍ਹਾਂ ਦੀ ਰਹੇਗੀ ਇਹ ਰਿਪੋਰਟ ਵੀ ਤੁਹਾਡੇ ਤੱਕ ਅਸੀਂ ਪੇਸ਼ ਕਰਾਂਗੇ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ